ਸਾਡੇ 11 ਨੰਬਰ ਤੇ ਕਾਲੇ ਬਾਈਆਂ ਦੇ 23 ਨੰਬਰ ਰਹੇ ਨੇ। ਕਾਲੇ ਬਾਈਆਂ ਦੀ ਜੀਨਸ ਮੈਚ ਵਿੱਚ ਜੇਤੂ ਰਹੀ ਔਰ ਅਗਲਾ ਮੈਚ ਬਾਬਾ ਫਤਿਹ ਸਿੰਘ ਇੰਟਰਨੈਸ਼ਨਲ ਕਬੱਡੀ ਕਲੱਬ ਯੂਕੇ ਔਰ ਰੰਧਾਵਾ ਮਸੰਦਾ ਦੀ ਟੀਮ ਦੇ ਦਰਮਿਆਨ ਖੇਡਿਆ ਜਾਵੇਗਾ। ਰੱਖਣ ਵਾਲੀ ਗੇਮ ਹੈ ਉਧਰਲੇ ਪਾਸੇ ਪਹਾੜੀ ਪਰਿਆ ਜ਼ਿਲ੍ਹੇ ਕਪੂਰਥਲੇ ਦਾ ਅਨੂਪ ਸਿੰਘ ਵੀ ਤਾੜੀਆਂ ਮਾਰਦੇ ਅਨੂਪ ਸਿੰਘ ਵਾਸਤੇ ਸਾਰੇ ਦਰਸ਼ਕ ਮਿਹਰਬਾਨੀ ਕਰਕੇ ਅੱਛਾ ਜੀ ਅੱਛਾ ਬਣਾ ਲੈਂਦੇ ਕਬੱਡੀ ਫਿਰ ਰੋਜ਼ ਆਉਂਦੇ ਰਹਿੰਦੇ ਸਾਡੇ ਕੋਲ ਹਾਰੀ ਫਰਵਾਲੇ ਜਿਸ ਸਮੇਂ ਨੱਗਾ ਦੇ ਨਾਲ ਦੋ ਸਾਈਕਲ ਘੁਮਾ ਕੇ ਦਿਖਾ ਰਹੇ ਨੇ ਅਗਲਾ ਜੋ ਮੈਚ ਰੰਧਾਵਾ ਮਸਰਦਾ ਦੀ ਟੀਮ ਔਰ ਇੰਟਰਨੈਸ਼ਨਲ ਕਬੱਡੀ ਕਲੱਬ ਯੂਕੇ ਦੀ ਟੀਮ ਦੇ ਦਰਮਿਆਨ ਖੇਡਿਆ ਜਾਵੇਗਾ ਔਰ ਇਸਦੇ ਪਾਸੇ ਰਵੀ ਸਾਹਿਬ ਦੀ ਸਾਰਾ ਦੇ ਦਿਓ ਕਿ ਪੁਆਇੰਟ ਇਸ ਸਮੇਂ ਜਿੱਥੇ ਆਪਾਂ ਦੇਖ ਰਹੇ ਹਰ ਜਗ੍ਹਾ ਦੇ ਉੱਪਰ ਉੱਥੇ ਸਾਡੇ ਇੱਕ ਕਬੱਡੀ ਦੇ ਉੱਪਰ ਪੂਰੇ ਦੁਨੀਆ ਦੇ ਉੱਪਰ ਆਪਾਂ ਕਬੱਡੀ ਦਾ ਆਨੰਦ ਮਾਣਾਂਗੇ ਨਾ ਅੱਜ ਕਬੱਡੀ ਦੇ ਉੱਪਰ ਇਸ ਸਮੇਂ ਖਿਡਾਰ ਪਾਰੀ ਹੈ ਖੇਡ ਪ੍ਰਕਾਰ ਦੇ ਵਿੱਚ ਸਭ ਦੇ ਕੌਣ ਇੱਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸਭਾ ਕੁਝ ਬਾਕੀ ਹੈ ਨਾ ਉਹ ਕਬੱਡੀ ਕਬੱਡੀ ਦੇ ਉੱਪਰ ਇਸ ਸਮੇਂ ਰੰਧਾਵਾ ਮਸਰਦਾ ਟੀਮ ਦੀ ਜਿੱਤ ਪਹੁੰਚੀ ਖੇਡ ਮੈਦਾਨ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਕਲੱਬ ਜੋ ਯੂਕੇ ਦੀ ਸਭ ਖੇਡ ਮੈਦਾਨ ਦੇ ਵਿੱਚ ਹੈ ਸੋ ਬੇਨਤੀ ਅਗਲਾ ਮੈਚ ਖੇਡਣ ਵਾਸਤੇ ਦੋਨੇ ਟੀਮਾਂ ਰੰਧਾਵਾ ਮਸਰਦਾ ਦੀ ਟੀਮ ਹਾਂਜੀ ਰੰਧਾਵਾ ਮਸਰਦਾ ਦੀ ਟੀਮ ਤੇ ਯੂਕੇ ਕਲੱਬ ਦੀ ਟੀਮ ਐਕਚੁਅਲੀ ਦੋਨੇ ਟੀਮਾਂ ਪੁੱਜ ਗਈਆਂ ਨੇ ਸੋ ਅਗਲਾ ਜੋ ਮੈਚ ਖੇਡਿਆ ਜਾਵੇਗਾ ਰੰਧਾਵਾ ਮਸਰਦਾ ਦੀ ਟੀਮ ਇੰਟਰਨੈਸ਼ਨਲ ਕਬੱਡੀ ਕਲੱਬ ਯੂਕੇ ਦੀ ਟੀਮ ਦੇ ਦਰਮਿਆਨ ਜੋ ਤਗੜਾ ਮੈਚ ਖੇਡਿਆ ਜਾਵੇਗਾ ਸਾਡੇ ਸਰਕਾਰੀ ਸਾਹਿਬ ਦੀ ਸਰਪੰਚ ਸਭਾ ਤੇ ਭਗਵਾਨ ਸਿੰਘ ਜੀ ਡਾਕਟਰ ਸਾਹਿਬ ਡਾਕਟਰ ਵਾਲੇ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਦਾ ਖੇਡ ਮੈਦਾਨ ਦੇ ਵਿੱਚ ਨੇ ਰੰਧਾਵਾ ਮਸਰਦਾ ਦੀ ਟੀਮ ਔਰ ਇੰਟਰਨੈਸ਼ਨਲ ਕਬੱਡੀ ਕਲੱਬ ਯੂਕੇ ਦੀ ਟੀਮ ਧੰਨਵਾਦ ਤੋਂ ਗੱਲ ਸੁਣਾ ਦਿਓ ਡਿਪਟੀ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਬਾਈਆ ਸਾਹਿਬ ਖੇਡ ਮੈਦਾਨ ਦੇ ਵਿੱਚ ਨੇ ਗੁਰਦੀਪ ਸਿੰਘ ਜੀ ਮਾਲ ਸਾਹਿਬ ਕੌਮੀ ਬੁਲਾਰੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਨਾਰਤਨ ਸਿੰਘ ਜੀ ਟਿਵਾਣਾ ਸਾਹਿਬ ਉਹਨਾਂ ਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦੇ ਵੱਡੇ ਉਪਰਾਲੇ ਦੇ ਨਾਲ ਅੱਜ ਰੌਣਕਾਂ ਖੇਡ ਮੈਦਾਨ ਦੇ ਵਿੱਚ ਲੱਗੀਆਂ ਨੇ ਇਸ ਵੇਲੇ ਡਿਪਟੀ ਸਾਹਿਬ ਖੇਡ ਮੈਦਾਨ ਦੇ ਵਿੱਚ ਖਿਡਾਰੀ ਸਾਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਨਾਰਤਨ ਸਿੰਘ ਜੀ ਟਿਵਾਣਾ ਸਾਹਿਬ ਸੁਖਦੇਵ ਸਿੰਘ ਜੀ ਬਾਈਆ ਸਾਡੇ ਗੁਰਬੰਦ ਸਿੰਘ ਜੀ ਈਸ਼ਵਰ ਗੁਰਦੇਵ ਮਹਾਲ ਜੀ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਰਣੀ ਜੋ ਪੁੱਜੇ ਨੇ ਸਾਡੇ ਇਸ ਟੂਰਨਾਮੈਂਟ ਦੇ ਨਾਲ ਜੁੜੇ ਨੇ ਸੋ ਸਾਡੇ ਸਤਿਕਾਰਯੋਗ ਜਿੱਥੇ ਸਤਿਕਾਰਯੋਗ ਬਹਾਦਰ ਸਿੰਘ ਜੀ ਬਾਈਆ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਨਾਲ ਸਾਡੇ ਸਤਿਕਾਰਯੋਗ ਗੁਰਦੀਪ ਸਿੰਘ ਜੀ ਬਾਈਆ ਸਾਹਿਬ ਔਰ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਪ੍ਰਦੂਮਨ ਸਿੰਘ ਜੀ ਗੁਰਦੀਪ ਸਿੰਘ ਜੀ ਸੰਦੀਪ ਸਿੰਘ ਜੀ ਬੁੱਟਰ ਬਲਵਿੰਦਰ ਦਿੱਲੀ ਹੋਣਾ ਦਾ ਬਿੰਦਰ ਬਾਈਆ ਜੀ ਸਾਰੀ ਮੈਨੇਜਮੈਂਟ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੈਂਬਰ ਪੰਚਾਇਤ ਸੋਢੀ ਰਾਮ ਜੀ ਮੈਂਬਰ ਪੰਚਾਇਤ ਚਰਨ ਸਿੰਘ ਮੈਂਬਰ ਪੰਚਾਇਤ ਬਲਵੀਰ ਸਿੰਘ ਜੀ ਮੈਂਬਰ ਪੰਚਾਇਤ ਹੁਸਨ ਲਾਲ ਮੈਂਬਰ ਪੰਚਾਇਤ ਸ਼੍ਰੀਮਤੀ ਗੁਰਦੇਵ ਕੌਰ ਜੀ ਤੇ ਸਰਕਾਰ ਬਲਵੀਰ ਕੌਰ ਜੀ ਜੋ ਮੈਂਬਰ ਕਮੇਟੀ ਸਾਜੀ ਕੈਨੇਡਾ ਵਾਲੇ ਜੋ ਸਪਾਂਸਰ ਕਰ ਰਹੇ ਨੇ ਇਸ ਟੀਮ ਨੂੰ ਮੈਂ ਵਿਸ਼ੇਸ਼ ਤੌਰ ਦੇ ਉੱਪਰ ਇਹਨਾਂ ਸਾਰੇ ਖੇਡ ਪ੍ਰਮੋਟਰਾਂ ਦਾ ਖੇਡ ਪ੍ਰੇਮੀਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੂੰ ਸਪਾਂਸਰ ਕੀਤੀ ਹੋਈ ਟੀਮ ਬਾਬਾ ਫਤਿਹ ਸਿੰਘ ਇੰਟਰਨੈਸ਼ਨਲ ਕਬੱਡੀ ਕਲੱਬ ਯੂਕੇ ਦੀ ਟੀਮ ਜੋ ਦੂਸਰਾ ਮੈਚ ਖੇਡਣ ਵਾਸਤੇ ਪੁੱਜੀ ਖੇਡ ਮੈਦਾਨ ਦੇ ਵਿੱਚ ਬਹੁਤ ਬਹੁਤ ਜੀਆਂ ਮੱਠਦਾ
ਸਰਕਾਰੀ ਪਰਦੁਮਨ ਸਿੰਘ ਜੀ ਵੱਲੋਂ ਉਹਨਾਂ ਦੀ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੀਪ ਬਾਈਆ ਜੀ ਵੱਲੋਂ ਸੁਖਦੇਵ ਸਿੰਘ ਜੀ ਬਾਈਆ ਸਾਹਿਬ ਵੱਲੋਂ ਡਿਪਟੀ ਸਾਹਿਬ ਦਾ ਇੱਕ ਵਾਰ ਫਿਰ ਇੱਥੇ ਪਹੁੰਚਣ ਤੇ ਸਰਪੰਚ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬੀਬੀ ਬਲਵਿੰਦਰ ਕੌਰ ਜੀ ਵੱਲੋਂ ਡਿਪਟੀ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਜੀ ਆਇਆਂ ਨੂੰ ਤਗੜਾ ਸ਼ਾਨਦਾਰ ਜੋ ਮੈਚ ਹੁਣ ਖੇਡ ਮੈਦਾਨ ਵਿੱਚ ਖੇਡਿਆ ਜਾ ਰਿਹਾ ਚੋਟੀ ਦੀ ਅਸੀਂ ਇੱਕ ਪਾਸੇ ਮਿਹਰਬਾਨੀ ਕਰਕੇ ਥੋੜਾ ਪਿੱਛੇ ਹੋ ਕੇ ਦਰਸ਼ਨ ਬਹੁਤ ਮਿਹਰਬਾਨੀ ਹੋਵੇਗੀ ਸ਼ੇਰ ਵਾਂਗੇ ਵੀਰ ਬਲਵਾਨ ਆ ਗਏ ਰਹਿਣ ਚੜੀਆਂ ਅਸਮਾਨ ਵਿੱਚ ਬਿਣਕ ਗੁੱਡੀਆਂ ਇਹ ਮਾਂ ਜੇ ਛੇੜ ਕਬੱਡੀ ਦੀ ਜਿੰਦ ਜਾਨ ਆ ਗਏ ਅਵਤਾਰ ਸਿੰਘ ਦਾ ਬਜਵਾ ਕਲਾ ਪਿੰਡ ਹੈ ਦਸੂਏ ਦੇ ਲਾਗੇ ਪਰ ਲੂਸੀ ਵਾਲੀ ਸ਼ਾਹ ਨੇ ਕੋਸ਼ਿਸ਼ ਕੀਤੀ ਤਕੜਾ ਮੈਚ ਹੈ ਜੋ ਖੇਡ ਮੈਦਾਨ ਵਿੱਚ ਚੱਲ ਰਿਹਾ ਔਰ ਅਗਲੇ ਵੀ ਭਾਈ ਜਾਣਕਾਰੀ ਜੋ ਭਾਜੀ ਮਾੜੇ ਦੇ ਪਿੱਛੇ ਰਹੀਓ ਪੰਜਾਬੀ ਟੀਮ ਪਹੁੰਚ ਚੁੱਕੀ ਹੈ ਖੇਡ ਮੈਦਾਨ ਦੇ ਵਿੱਚ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਸੋ ਖਿਡਾਰੀ ਸਾਡਾ ਪੂਰਾ ਸਹਿਯੋਗ ਦੇਣ ਅਗਲੇ ਪਾਸੇ ਦੇਖੀ ਦੀ ਕਾਉਂਟ ਕੋ ਪ੍ਰਵੀਨ ਇੱਕ ਪਾਸੇ ਸੁਖਮਨ ਕਹਿੰਦੇ ਵੀ ਅਸ ਵੇਲੇ ਲਲਹੇੜੀ ਪਿੰਡ ਹੈ ਸੁਖਮਨ ਦਾ ਜੋ ਡੱਕਣ ਦੀ ਕੋਸ਼ਿਸ਼ ਕਰਦਾ ਔਰ ਆਪਣੀ ਟੀਮ ਦੇ ਖਾਤੇ ਨੰਬਰ ਜੋੜਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਸਾਹਿਬ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸੁਖਦੇਵ ਸਿੰਘ ਜੀ ਸੁੱਖਾ ਸਾਹਿਬ ਦਾ ਧੰਨਵਾਦ ਜੋ ਜ਼ਰੂਰੀ ਜਿਵੇਂ ਜਿਹਨਾਂ ਨੂੰ ਬੜੇ ਜ਼ਰੂਰੀ ਜਿਵੇਂ ਨੇ ਪਰ ਸਾਡੇ ਇਸ ਮੈਚ ਨੂੰ ਇਸ ਟੂਰਨਾਮੈਂਟ ਨੂੰ ਵੀ ਜ਼ਰੂਰੀ ਸਮਝਿਆ ਤੇ ਕੁਝ ਪਲ ਦੀ ਹਾਜ਼ਰੀ ਦਿੱਤੀ ਹੈ ਸੋ ਉਹਨਾਂ ਦਾ ਹੁਣ ਵਿਸ਼ੇਸ਼ ਤੌਰ ਤੇ ਸਨਮਾਨ ਕਰਨਗੇ ਸਾਡੇ ਸਰਪੰਚ ਬੀਬੀ ਬਲਵਿੰਦਰ ਕੌਰ ਜੀ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗਾ ਸਟੇਜ ਵਾਲੇ ਪਾਸੇ ਨੂੰ ਆ ਜਾਣਾ ਤਾਂ ਕਿ ਡਿਪਟੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਪ੍ਰਵਾਨ ਸਨਮਾਨ ਕੀਤਾ ਜਾਵੇ ਕਿਉਂਕਿ ਮਾਨ ਜੋ ਕਿ ਸਰਕਾਰਯੋਗ ਸ਼ਕਤੀਆਂ ਤਾਂ ਸਾਡੇ ਦਰਗਾਨ ਪੁੱਜੀਆਂ ਨੇ ਆਪਾਂ ਜੀਆਂ ਨੂੰ ਇੱਥੇ ਆਖਦੇ ਹਾਂ ਹੁਣ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਕਾਲੇਬਾਰੀਆਂ ਦੀ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਟੂਰਨਾਮੈਂਟ ਕਮੇਟੀ ਵੱਲੋਂ ਮੈਂ ਡਿਪਟੀ ਸਾਹਿਬ ਦਾ ਇੱਕ ਵਾਰ ਫਿਰ ਰਿਣੀ ਹਾਂ ਜੀਆਂ ਨੂੰ ਆਖਦਾ ਤੇ ਬੇਨਤੀ ਕਰਾਂ ਬੀਬੀ ਬਲਵਿੰਦਰ ਕੌਰ ਜੀ ਔਰ ਇਧਰਲੇ ਪਾਸੇ ਜੱਸਾ ਭਰਥਲੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਇੱਕ ਨੰਬਰ ਤੋਂ ਸ਼ਾਹ ਨੇ ਫਿਰ ਕੋਸ਼ਿਸ਼ ਕਰ ਦਿੱਤੀ ਜੱਫਾ ਲਾਉਣ ਦੇ ਲਈ ਪਰ ਜੱਸਾ ਭਰਥਲੇ ਵਾਲਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੋੜਦਾ ਹੈ ਕਿੰਨਾ ਗਰਾਊਂਡ ਐਂਟਰ ਹੋ ਜਾ ਬਾਜੀ 70 ਦਾ ਫਾਈਨਲ ਮੈਚ ਕਾਲੇ ਆਏ ਤੇ ਬਜਨੌਲਾ ਦੋਨੇ ਕੀਤਾ ਫਾਈਨਲ ਦਾ ਮੈਚ 70 ਦਾ ਹਾਂਜੀ ਅਗਲਾ ਮੈਚ ਭਲੂਜਲਾ ਤੇ ਕਾਲੇ ਬਾਈਆਂ ਦੀ ਟੀਮ 70 ਦਾ ਫਾਈਨਲ ਮੈਚ ਖੇਡਣ ਵਾਸਤੇ ਮੈਦਾਨ ਦੇ ਵਿੱਚ ਆਉਣ ਮਿਹਰਬਾਨੀ ਇਧਰਲੇ ਪਾਸੇ ਦੇਖੀ ਵੀ ਨੌਜਵਾਨ ਅਗਲੀ ਕਬੱਡੀ ਮੀਟੂ ਪਾਉਣ ਵਾਸਤੇ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਪੱਟ ਦੇ ਉੱਪਰ ਥਾਪੀ ਮਾਰੀ ਹੋਈ ਗੱਭਰੂ ਨੇ ਧਾਵਾ ਬੋਲਿਆ ਹੋਇਆ ਦੇਖਿਆ ਵੀ ਇੱਕ ਨੰਬਰ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੋਈ ਪਰ ਮੀਟੂ ਕਹਿੰਦੇ ਵੀ ਆਪਣੀ ਟੀਮ ਦੇ ਖਾਤੇ ਇੱਕ ਹੋਰ ਨੰਬਰ ਜੋੜਦਾ ਹੋਇਆ ਬਹੁਤ ਰੋਚਕ ਮੈਚ ਇਸ ਵੇਲੇ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਇਧਰਲੇ ਪਾਸੇ ਅਗਲੀ ਕਬੱਡੀ ਫਿਰ ਦੇਖੀ ਬੰਗੇ ਨੇ ਪਾਈ ਹੋਈ ਖੇਡ ਮੈਦਾਨ ਵੀ ਸੁੱਖਾ ਸੰਭਾਲ ਇਧਰਲੇ ਪਾਸੇ ਬਲਵਿੰਦਰ ਸਿੰਘ ਲੋਕੜ ਜ਼ਿਲ੍ਹੇ ਹੁਸ਼ਿਆਰਪੁਰ ਦੇ ਤੱਗੜ ਪਿੰਡ ਦਾ ਨੌਜਵਾਨ ਕੋਸ਼ਿਸ਼ ਕਰ ਆਪਣੀ ਟੀਮ ਦੇ ਖਾਤੇ ਵਿੱਚ ਅਗਲੇ ਪਾਸੇ ਅਗਲੀ ਕਬੱਡੀ ਦੀ ਗੱਲ ਕਰੀਏ ਖੇਡ ਮੈਦਾਨ ਦੇ ਵਿੱਚ ਗੋਰਾ ਨਾਮ ਭਾਰਾ ਸਰੀਰ ਪੜ ਦੇ ਉੱਪਰ ਥਾਪੀ ਮਾਰੀ ਸੀ ਗੱਭਰੂ ਨੇ ਧਾਵਾ ਬੋਲਿਆ ਹੋਇਆ ਦੇਖਿਆ ਵੀ ਕਾਉਂਟ ਕੁਛ ਖਿਡਾਰੀ ਵੱਖਰੇ ਅੰਦਾਜ਼ ਦੀ ਗੱਲ ਖੇਡ ਮੈਦਾਨ ਦੇ ਵਿੱਚ ਚੱਲਦੀ ਹੋਈ ਸਾਡਾ ਬਹੁਤ ਹੀ ਸਤਿਕਾਰਯੋਗ ਕਿੰਦੀ ਵੀਰ ਪਹੁੰਚਿਆ ਟੀ ਐਨ ਕੋਲਡ ਸਟੋਰ ਰਹੀਮਪੁਰ ਕਿਰਾਲ ਬਹੁਤ ਹੀ ਸਤਿਕਾਰਯੋਗ ਸ਼ਿੰਦਾ ਨਿਜ਼ਾਮ ਦੀਨਪੁਰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਜੀ ਆਇਆਂ ਇਹਨਾਂ ਸਤਿਕਾਰਯੋਗ ਸਾਥੀਆਂ ਦਾ ਸਾਡੇ ਪਵਿੱਤਰ ਰਹੀਮਪੁਰ ਉਹ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਨੇ ਕਿੰਦੀ ਰਹੀਮਪੁਰ ਪਹੁੰਚਿਆ ਸ਼ਿੰਦਾ ਨਿਜ਼ਾਮ ਦੀਨਪੁਰ ਸਾਰੇ ਸਾਥੀਆਂ ਦਾ ਸਵਾਗਤ ਜੀ ਆਇਆਂ ਆਓ ਦੇਖਣ ਕਿਸ ਪਿੰਡ ਦਾ ਜੱਗਾ ਖੇਡਦਾ ਹੈ ਕਿਤੇ ਵੀ ਪੰਜਾਬ ਪਰਿਵਾਰ ਦੀ ਗੱਲ ਚੱਲਦੀ ਰੰਧਾਵਾ ਸਾਡੇ ਜਸਪ੍ਰੀਤ ਸਿੰਘ ਗੋਲਡੀ ਤੇ ਸਾਡੇ ਹਰਪ੍ਰੀਤ ਸਿੰਘ ਗੋਲਡੀ ਸਰਪੰਚ ਰੋਜੜੀ ਪਿੰਡ ਤੋਂ ਸਾਡਾ ਵੀ ਗੋਲਡੀ ਪਹੁੰਚਿਆ ਸਰਪੰਚ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਜੀਆਂ ਨੂੰ ਆਖਦਾ ਸਾਡੇ ਦਰਬਾਰ ਪੁੱਜੇ ਨੇ ਬਹੁਤ ਹੀ ਸਤਿਕਾਰ ਹਰਪ੍ਰੀਤ ਸਿੰਘ ਜੀ ਗੋਲਡੀ ਸਾਹਿਬ ਸਰਪੰਚ ਰੋਜੜੀ ਵਾਲੇ ਸਾਡੇ ਬਿੰਦਰ ਬਾਈਆ ਜੀ ਦੇ ਬਹੁਤ ਹੀ ਨਜ਼ਦੀਕੀ ਮਿੱਤਰ ਨੇ ਸੋ ਉਹਨਾਂ ਵੱਲੋਂ ਸਾਡੇ ਗੋਲਡੀ ਸਰਪੰਚ ਸਾਹਿਬ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਹੈ ਜੀਆਂ
बाबा फतेह सिंह इंटरनेशनल कबड्डी क्लब यूके इन्हां सारे सरकार दे साथियां दा बहुत बहुत धन्यवाद। थोड़ा खुलियो जरा बस ठीक है आइए पिछले
ओके सर ठीक है जी गोरी भाई बहुत ही बढ़िया आज थोड़ी चोर जो मैच आता है उस पर भी मैच चल रहे हैं इस तो अगला मैच भी ऐसे तरह का फिर ताड़ा भाई आ रहे हैं जो कुछ होगा सत्तर के लोग चलो भी बहुत बढ़िया हो तालियां मार दो एक बार तालियां नमन नमन हो गया बहुत बहुत धन्यवाद जी इनाम बंदे गए जितने दीपा मारा